ਦੁਆਰਾ ਪੇਪਰ ਲੈ ਨਹੀਂ ਸਕਦੇ ਸੀ 2 ਮਹੀਨੇ ਹੋ ਗਏ ਕੈਨਸਲ ਹੋਏ ਨੂੰ ਕਿ ਉਹ ਭਰਤੀ ਪੂਰੀ ਹੋ ਨਹੀਂ ਸਕਦੀ ਸੀ ਹੈੱਡ ਕਾਂਸਟੇਬਲ ਦਾ ਪੇਪਰ ਭਰਿਆ ਉਹਦਾ ਅੱਜ ਤੱਕ ਰਿਜ਼ਲਟ ਨਹੀਂ ਆਇਆ 2 ਮਹੀਨੇ ਹੋ ਗਏ ਉਹਦਾ ਪੇਪਰ ਦਿੱਤੇ ਨੂੰ ਕੀ ਚੰਨੀ ਸਰਕਾਰ ਉਹ ਲੈ ਨਹੀਂ ਜਿਹੜਾ ਕੱਲ ਰਿਜ਼ਲਟ ਆਇਆ ਉਹਦੀ ਗੱਲ ਸੁਣ ਲਓ ਜੋ ਕੱਲ ਰਿਜ਼ਲਟ ਕੱਢਿਆ ਕਾਂਸਟੇਬਲ ਦਾ ਰਿਜ਼ਲਟ ਕੱਢਿਆ 2 ਮਹੀਨੇ ਬਾਅਦ ਰਿਜ਼ਲਟ ਆਇਆ ਚੋਣ ਜਾ ਤਾਂ ਮੂਰਿਆ ਕੀ ਭਰਤੀ ਸਿਰੇ ਚੜ ਜੂ ਜਿਹੜੀ ਵੈਰੀਫਿਕੇਸ਼ਨ ਹੋ ਜੂਗੀ ਨਹੀਂ ਚੜਦੀ ਜਦੋਂ ਪਤਾ ਵੀ ਸਾਡੇ ਕੋਲ ਟਾਈਮ ਘੱਟ ਆਏ ਮਹੀਨੇ ਦੇ ਵਿੱਚ ਉਹ ਕਰਦੇ ਫਿਰ ਉਸ ਤੋਂ ਬਾਅਦ ਇੰਟੈਲੀਜੈਂਸ ਬੈਂਕ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਇਹਨਾਂ ਨੇ ਫਾਰਮ ਭਰੇ ਉਹਦੇ ਵਿੱਚ ਵੀ 4-5 ਲੱਖ ਬੰਦੇ ਨੇ ਫਾਰਮ ਭਰਿਆ ਉਹਦਾ ਰਿਜ਼ਲਟ ਹਜੇ ਤੱਕ ਕੋਈ ਨਹੀਂ ਪੇਪਰ ਕੈਨਸਲ ਹੋ ਗਿਆ ਕਹਤਾ ਜੀ ਨਕਲ ਚੱਲ ਗਈ ਪੇਪਰ ਕੈਨਸਲ ਹੋ ਗਿਆ ਕਿਉਂ ਬਈ ਇਹ ਜਿਹੜੇ ਸਾਡੇ ਪਹਿਨੇ ਤੇ ਸਾਡੇ ਪਹਿਨੇ ਤੇ ਇਲੈਕਸ਼ਨ ਲੜਨੀ ਆ ਕਰੋੜਾਂ ਬੰਦੇ ਕਰੋੜਾਂ ਰੁਪਇਆ ਇਕੱਠਾ ਹੋ ਗਿਆ ਇਹਨਾਂ ਕੋਲੇ ਇੱਕ 7 ਲੱਖ ਬੰਦੇ ਨੇ ਫਾਰਮ ਭਰਿਆ ਜਦੋਂ ਕਿ ਇਹ ਪਤਾ ਸੀਗਾ ਜਿਹੜਾ 7 ਲੱਖ ਬੰਦੇ ਨੇ ਫਾਰਮ ਭਰਿਆ ਵੀ ਸਿਰਫ 4000 ਪੋਸਟ ਰੱਖਣੀ ਆ ਕਾਂਸਟੇਬਲ ਦੀ ਜਦੋਂ ਕਿ ਇਹ ਪਤਾ ਵੀ ਅਸੀਂ 5,96,000 ਬੰਦੇ ਨੇ ਬੇਰੁਜ਼ਗਾਰ ਰਹਿ ਜਾਣਾ ਫਿਰ ਵੀ ਲੋਕਾਂ ਨੂੰ ਧਰਨੇ ਲਾਉਣੇ ਪੈ ਗਏ ਕਿ ਰਿਜ਼ਲਟ ਦਿਓ ਜਿਹੜਾ ਰਿਜ਼ਲਟ ਆਇਆ ਤੁਸੀਂ ਫੇਸ ਚੈੱਕ ਕਰ ਲਓ ਹੁਣ ਵੀ ਪੀਐਸ ਉਹਦੇ ਪੰਜਾਬ ਪੁਲਿਸ ਦੀ ਸਾਈਟ ਦੇ ਉੱਤੇ ਪਿਆ ਰਿਜ਼ਲਟ ਉਹਦੇ ਤੇ ਕਿਸੇ ਦਾ ਨੰਬਰ ਨਹੀਂ ਦੱਸੇਗਾ ਇਹ ਨਹੀਂ ਦੱਸੇ ਕਿੰਨੇ ਨੰਬਰ ਨੇ ਮੇਰਾ 9 ਆਇਆ ਹੈ ਹਾਲਾਂਕਿ ਇਹਦੇ ਵਿੱਚ ਮੈਂ ਪੇਪਰ ਦਿੱਤੇ ਸਾਰੇ ਪੇਪਰ ਦਿੱਤੇ ਨੇ ਮੇਰਾ 9 ਦੇ ਵਿੱਚ ਹੈਗਾ ਵਾ ਪਰ ਮੈਂ ਫਿਰ ਵੀ ਠੋਕੇ ਕਹਿੰਦਾ ਵੀ ਉਹਦੇ ਵਿੱਚ ਨੰਬਰ ਨਹੀਂ ਦੱਸੇ ਕਿਸੇ ਦੇ ਵੀ ਆਹ ਬੰਦੇ ਦੇ ਇੰਨੇ ਨੰਬਰ ਨੇ ਇਹਦੇ ਇੰਨੇ ਨੰਬਰ ਨੇ ਕਿਸੇ ਨੂੰ ਇਹ ਨਹੀਂ ਪਤਾ ਵੀ ਮੈਰਿਟ ਗਈ ਕਿੱਥੇ ਆ 70 ਤੇ ਗਈ ਆ 80 ਤੇ ਗਈ ਆ 75 ਤੇ ਕਿਸੇ ਨੂੰ ਨੰਬਰ ਹੀ ਨਹੀਂ ਪਤਾ ਪਤਾ ਕੌਣ ਲੱਗੂ ਵੀ ਕੌਣ ਰੱਖਿਆ ਗਿਆ ਭਾਰਤੀ ਦਾ ਹੋਈ ਇਹ ਸਾਰੇ ਰਲੇ ਹੋਏ ਨੇ ਆਪਣੇ ਬੰਦੇ ਰਖਾਉਣਗੇ ਇਹ ਭਾਰਤੀ ਦਾ ਕੈਂਸਲ ਆ ਮੰਨ ਲਓ ਭਾਰਤੀ ਕੈਂਸਲ ਆ ਪੈਸੇ ਇਕੱਠੇ ਕਰ ਲਏ ਨੇ ਹੁਣ ਇਹਨਾਂ ਨੇ ਕਹਿਣਾ ਵੀ ਸਾਡੀ ਸਰਕਾਰ ਅੱਗੇ ਆਊਗੀ ਤਾਂ ਅਸੀਂ ਇਹ ਭਾਰਤੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅੱਗੇ ਜੋੜਾਂਗੇ ਉਹਨਾਂ ਨੂੰ ਬੰਦੇ ਰੱਖਾਂਗੇ ਠੀਕ ਆ ਉਹਨਾਂ ਨੂੰ ਰੈਗੂਲਰ ਕਰਾਂਗੇ ਵੀ ਸਾਨੂੰ ਤੁਸੀਂ ਵੋਟਾਂ ਪਾਓ ਕਦੇ ਵੀ ਇਹ ਭਰਮ ਦੇ ਵਿੱਚ ਨਹੀਂ ਰਹਿਣਾ ਵੀ 4.5 ਸਾਲ ਕੈਪਟਨ ਰਾਜ ਕਰ ਗਿਆ ਵੀ ਸਾਨੂੰ ਪਤਾ ਨਹੀਂ ਲੱਗਿਆ ਆਪਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਸਾਰਿਆਂ ਨੂੰ ਪਤਾ ਸੀ ਕੈਪਟਨ ਦੇ ਨਾਲ ਜਦੋਂ ਉਹਨੇ ਗੁੱਟਕਾ ਸਾਹਿਬ ਫੜ ਕੇ ਸੌ ਖਾਦੀ ਆ ਤੁਸੀਂ ਤੀਜਾ ਬੰਦਾ ਚੈੱਕ ਕਰ ਲਿਓ ਕੌਣ ਫੜਾ ਸੀ ਚਰਨਜੀਤ ਸਿੰਘ ਚੰਨੀ ਸੀ ਤੀਜਾ ਬੰਦਾ ਕੈਬਨਿਟ ਮੰਤਰੀ ਰਿਹਾ ਰਾਜਾ ਬਣੇਗਾ ਅੱਜ ਕਹਿੰਦਾ ਮੈਂ ਇੰਨਾ ਰੁਪਇਆ ਜਮ੍ਹਾਂ ਕਰਾਤਾ ਉਧਰੋਂ ਤੂੰ ਐਮਐਲਏ ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਤੇਰੇ ਕੋਲ ਪਾਵਰ ਨਹੀਂ ਸੀਗੀ ਇੱਕ ਐਮਐਲਏ ਕੋਲ ਪਾਵਰ ਨਹੀਂ ਸੀ ਬੰਦਾ ਚੈੱਕ ਕਰ ਸਕੇ ਇੱਕ ਆਮ ਬੰਦਾ ਆਰਟੀ ਪਾ ਕੇ ਸਾਰਾ ਕੁਝ ਕਢਾ ਸਕਦਾ ਵੀ ਕਿੰਨਾ ਟੈਕਸ ਕਿਹੜੀ ਬਸ ਜਮ੍ਹਾਂ ਕਰਾਉਂਦੀ ਆ ਕਿਹੜਾ ਬੰਦਾ ਕੀ ਕੁਝ ਕਰਦਾ ਵਾ ਇੱਕ ਪਰਸਨਲ ਲਾ ਪਰਸਨਲ ਤੋਂ ਇਲਾਵਾ ਤਾਂ ਫੇਰ ਕੋਈ ਕਾਰਪੋਰੇਟ ਉਹ ਨੇ ਬੱਸਾਂ ਨੇ ਉਹਨਾਂ ਦਾ ਟੈਕਸ ਕੀ ਜੋ ਰਾਜਾ ਬ੍ਰਿੰਕ ਕਢਾ ਨਹੀਂ ਸਕਦਾ ਸੀ 4.5 ਸਾਲ ਉਹ ਮੰਤਰੀ ਰਹਿ ਗਿਆ ਉਦੋਂ ਨਹੀਂ ਉਹਨੇ ਪੁੱਛਿਆ ਵੀ ਛੋਟੀਆਂ ਬੱਸਾਂ ਟੈਕਸ ਨਹੀਂ ਜਮ੍ਹਾਂ ਹੁੰਦਾ ਉਦੋਂ ਉਹਨੇ ਦੇਖਿਆ ਵੀ ਦੋ ਬੱਸਾਂ ਚੱਲਦੀਆਂ ਨੇ ਤਿੰਨ ਚੱਲਦੀਆਂ ਨੇ ਗਾਹ ਬੱਸ ਦਾ ਨੰਬਰ ਨਹੀਂ ਪਤਾ ਸੀ ਉਹਨੂੰ ਕਿ ਉਹਨੂੰ ਬਸ ਹੁਣ ਉਹਨੂੰ ਪਤਾ ਲੱਗਿਆ ਵੀ ਹਾਂ 6 ਮਹੀਨੇ ਰਹਿ ਗਏ ਮੈਂ ਟੈਕਸ ਜਮ੍ਹਾਂ ਕਰਾ ਦਾਂਗਾ ਹਾਈ ਕੋਰਟ ਕਹਿੰਦਾ 14 ਕਰੋੜ ਰੁਪਈਆ ਹਾਈ ਕੋਰਟ ਨੇ ਨੋਟਿਸ ਕੱਢਿਆ ਦੇਖ ਲਿਓ ਕਿੰਨਾ ਪੈਸਾ ਵਾ ਪਾਪੂਲੇ ਆਪਣੀ ਉਹ ਵਧਾਉਣੀਆਂ ਪਾਪੂਲੇਟਰੀ ਵੀ ਹਾਂ ਮੈਂ ਇੰਨਾ ਰੁਪਈਆ ਖਾਤੇ ਜਮ੍ਹਾਂ ਕਰਾਤਾ ਕਿਹਨੇ ਕਰਾਇਆ ਕਿੰਨਾ ਕਰਾਇਆ ਤੁਸੀਂ ਚੈੱਕ ਕਰੋ ਕਿੰਨਾ ਹੋਇਆ ਵਾ ਕਿਹੜੀ ਬੱਸ ਦਾ ਕਿੰਨਾ ਹੋਇਆ ਬੱਸ ਵਾਲੇ ਸਾਰੇ ਰੋਂਦੇ ਨੇ ਐਲਾਨ ਕਰਤਾ ਐਲਾਨਾਂ ਤੋਂ ਕੀ ਹੈ ਸਾਨੂੰ ਐਲਾਨ ਨਹੀਂ ਚਾਹੀਦੇ ਸਾਨੂੰ ਸਾਡਾ ਹੱਕ ਚਾਹੀਦਾ ਜਾਂ ਸਾਨੂੰ ਰੈਗੂਲਰ ਕਰੋ ਜਾਂ